पंजाब विधानसभा चोणां विच कोई धांधली ना होवे इसे लिए चोन कमीशन काफी सख्त है, पर बावजूद इस दे पैसे वंडन दा काम अंदरों अंदरी जारी है अते इसे नूं लैके झड़पां दीआं खबरां वी सामने आ रहीआं ने। हलका पट्टी विच कांग्रेस ते अकाली दल दे पक्ष वालीआं धिरां दे विच गहमा गहमी हो गई ते जदों कांग्रेस दे मैंबरां ने अकाली सरपंच नूं पैसे वंडन तों रोकिआ तां साबका कांग्रेसी सरपंच दे घर ते ही हमला कीता गया। चोण कमीशन वल्लों इह पूरी कोशिश कीती जा रही है कि चोणां तों पहलां ते उस दिन सूबे च हालात नाजुक ना बन ते ना ही चोणां दौरान निजमां नूं तोड़िया जावे, पर बावजूद इस ते अजिहीआं घटनावां बेरोक जारी ने। मुख्यमंत्री प्रकाश सिंह बादल दे जवाई कैबिनेट मिनिस्टर आदेश प्रताप सिंह कैरों दे हलका पट्टी च हिंसक वारदात हुई है। साबका कांग्रेसी सरपंच हरजिंदर सिंह ने अकाली सरपंच सुखदेव सिंह ते इल्जाम लगाए कि वोटां दे लई ओह लोकां नूं पैसे वंड रहे सन ते जदों उन्हां ने पैसे वंडन तों रोकिया तां अकाली सरपंच हरजिंदर सिंह ने उन्हां दे नाल हिंसा ते उतर आए ते दूजे दिन सवेरे उन्हां दे घर जा धमके ते तेजधार हथियारां नाल हमला करदिआं होइआं साबका कांग्रेसी सरपंच दा इक हथ कट दिता गया। इह जी मेन जिहड़ी आ रंजिश ते अकाली दल ते पार्टीबाजी दी आ, जिहड़ा आदेश प्रताप कैरों आ ਉਹ ਅਕਾਲੀ ਦਲ ਪਹਿਲਾਂ ਅਸੀਂ ਉਹਦੇ ਨਾਲ ਸੀ ਯਾਰ ਕਿ ਅਸੀਂ ਉਹਦੇ ਨਾਲ ਨਹੀਂ ਹੈਗੀ, ਕਾਂਗਰਸ ਪਾਰਟੀਆਂ ਅਸੀਂ ਜੁੜ ਗਏ ਹਾਂ ਅਤੇ ਇਹ ਸਾਰੇ ਬੰਦੇ ਆਣ ਕੇ ਇਹ ਪੈਸੇ ਵੰਡਣ ਦੀ ਕੋਸ਼ਿਸ਼ ਕਰਦੇ ਸੀ ਜੀ ਪਿੰਡ ਦੇ ਵਿੱਚ। ਅੱਛਾ ਜੀ। ਅਤੇ ਅਸੀਂ ਇਹਨਾਂ ਨੂੰ ਪੈਸੇ ਵੰਡਣ ਤੋਂ ਰੋਕਿਆ ਵੀ ਵੋਟ ਜਿੱਥੇ ਕਿਸੇ ਦਾ ਜੀ ਕਰਦਾ ਆਪਣਾ ਵੋਟ ਹੱਕੋ ਪਾਵੇ। ਈਵਨ ਇਹਨਾਂ ਸਾਨੂੰ ਵੀ ਕਿਹਾ ਕਿ ਤੁਸੀਂ ਵੀ ਵੋਟਾਂ ਤੁਸੀਂ ਟੱਕਣਾ ਰੋਕਣਾ ਤਾਂ ਕੀ ਅਸੀਂ ਤੁਹਾਡੀਆਂ ਵੀ ਵੋਟਾਂ ਧੱਕੇ ਨਾਲ ਪਵਾ ਲੈਣੀਆਂ। ਅਸੀਂ ਕਿਹਾ ਕਿ ਅਸੀਂ ਵੋਟਾਂ ਨਹੀਂ ਪਾਉਣੀਆਂ, ਅਸੀਂ ਤਾਂ ਕਾਂਗਰਸ ਨੂੰ ਵੋਟਾਂ ਪਾਵਾਂਗੇ, ਸਾਡੀ ਵੋਟ ਆ ਸਾਡਾ ਹੱਕ ਆ। ਅਤੇ ਧੱਕੇ ਨਾਲ ਹੀ ਜਿਹੜਾ ਇਹਨੂੰ ਇਹਨਾਂ ਨੂੰ ਮਗਰੋਂ ਛਹਿ ਆ ਜਿਹੜੀ ਆਦੇਸ਼ ਪ੍ਰਤਾਪ ਕਹਿ ਰਹੀ ਆ ਅਤੇ ਸੰਨੀ ਆ ਗੁਰਦੀਪ ਧਾਰੀਵਾਲ ਨਾਲ ਖੁਦ ਆ ਅਤੇ ਇਹਨਾਂ ਦੀ ਛਹਿ ਦੇ ਉੱਤੇ ਸਾਨੂੰ ਅਸੀਂ ਘਰ ਬੈਠੇ ਹਾਂ ਆਪਣੀ ਕੋਠੀ ਪਿੰਡ ਵਾਲੀ ਅਤੇ ਉੱਥੇ ਆਣ ਕੇ ਸਾਨੂੰ ਗਾਲੀ ਗਲੋਚ ਕਰਦੇ, ਗਾਲੀ ਗਲੋਚ ਅਸੀਂ ਬੂਹੇ ਗਏ ਹਾਂ ਘਰੇ ਹੀ, ਉੱਥੇ ਆਣ ਕੇ ਸਾਨੂੰ ਇਹਨਾਂ ਡਾਂਗਾ ਸੁੱਟੇ, ਜੋ ਵੀ ਇਹਨਾਂ ਕੋਲ ਕਿਰਪਾਨਾਂ ਸੀ ਪੰਡਾਸੇ ਸੀ ਕੋਈ ਦਾਤਰ ਸੀ ਉਹਦਾ ਸਾਡੇ ਉੱਤੇ ਵਾਰ ਕਰਤੇ, ਸਾਨੂੰ ਮੇਰਾ ਗੁੱਟ ਵੱਟਤਾ, ਉਹ ਮੇਰੇ ਨਾਲ ਦਾ ਸਾਥੀ ਉਹਦੀ ਉਂਗਲ ਵਰਤੀ, ਨਾਲ ਦਾ ਅੰਗੂਠਾ ਥੋੜ੍ਹਾ ਜਿਹਾ ਰਿਹਾ ਰਹਿ ਗਿਆ, ਮੇਰੇ ਸਿਰ 'ਚ ਵੀ ਸੱਟ ਕਰਪਾਉਣ ਮਾਰੀ ਅਤੇ ਇਹ ਰੰਜਿਤ ਤਾਂ ਕਰਕੇ ਮੇਨ ਵੋਟਾਂ ਦਾ ਕਰਕੇ ਅਸੀਂ ਕਿਹਾ ਵੀ ਅਸੀਂ ਕਾਂਗਰਸ ਨੂੰ ਵੋਟਾਂ ਪਾਵਾਂਗੇ ਜੀ, ਸਾਡਾ ਹੱਕ ਆ ਜਿੱਥੇ ਵੋਟ ਪਾਵਾਂਗੇ। ਉਹ ਜਿਹੜੇ ਅਕਾਲੀ ਦਲ ਵਾਲੇ ਆ ਉਹ ਧੱਕੇ ਨਾਲ ਵੋਟ ਲੈਣਾ ਚਾਹੁੰਦੇ, ਆਦੇਸ਼ ਪ੍ਰਤਾਪ ਨੇ ਸਾਰਾ ਮਗਰ ਉਹਨਾਂ ਨੂੰ ਸ਼ਹਿ ਦਿੱਤੀ ਹੈ ਵੀ ਤੁਸੀਂ ਧੱਕੇ ਨਾਲ ਵੋਟਾਂ ਪਵੋ। ਸਿਰਫ ਹਰਜਿੰਦਰ ਸਿੰਘ ਹੀ ਨਹੀਂ ਬਲਕਿ ਇਸ ਹਮਲੇ 'ਚ ਉਹਨਾਂ ਦਾ ਗਵਾਂਢੀ ਬਹਾਦਰ ਸਿੰਘ ਵੀ ਜ਼ਖਮੀ ਹੋ ਗਿਆ, ਉਸ ਦੇ ਹੱਥ ਦੀਆਂ ਦੋ ਉਂਗਲੀਆਂ ਕੱਟੀਆਂ ਗਈਆਂ। ਹਮਲੇ ਦੇ ਬਾਅਦ ਤੋਂ ਹੀ ਇਹ ਦੋਨੋਂ ਹਸਪਤਾਲ 'ਚ ਜੇਰੇ ਇਲਾਜ ਨੇ। ਇਹ ਜਨਾਬ ਅਕਾਲੀ ਪਾਰਟੀ ਆ ਜੀ ਉਹ ਰਾਤ ਨੂੰ ਆਪਦੀਆਂ ਮੁੰਡੇ ਲੈ ਕੇ ਅਤੇ ਪੈਸੇ ਵੰਡਣ ਪੈਂਦੇ ਆ, ਅਸੀਂ ਸਾਡੇ ਮੁੰਡੇ ਆਉਂਦੇ ਵੀ ਅਸੀਂ ਪੈਸੇ ਨਹੀਂ ਵੰਡਣ ਦੇਣੇ, ਸਾਡਾ ਹੱਕ ਆ ਜਿੱਥੇ ਮਰਜ਼ੀ ਵੋਟ ਪਾਈਏ, ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾਉਣੀ ਆ, ਉਹ ਆਉਂਦੇ ਵੀ ਅਸੀਂ ਅਕਾਲੀਆਂ ਨੂੰ ਜ਼ਬਰਦਸਤੀ ਵੋਟ ਪਾਉਣੀ ਆ। ਸਾਨੂੰ ਜੀ ਅਸੀਂ ਸਵੇਰੇ ਆ 8:30 ਪੌਣੇ 9 ਦਾ ਟਾਈਮ ਆ, ਅਸੀਂ ਘਰ ਬੈਠੇ ਹਾਂ ਅਮਨ ਚੈਨ ਨਾਲ, ਇਹ ਸਾਨੂੰ 10-12 ਬੰਦੇ ਆਣ ਕੇ ਤੇਜ਼ ਧਾਰ ਲੈ ਕੇ ਅਤੇ ਸਾਡੇ ਸਿੱਧੇ ਆ ਕੇ ਗੱਲ ਪਏ, ਸਾਨੂੰ ਗੱਲ ਵੀ ਨਹੀਂ ਉਹਨਾਂ ਪੁੱਛੀ, ਇਹੋ ਆਉਂਦੇ ਨੇ ਵੀ ਗੱਲ ਕਰੋ ਅਸੀਂ ਤੁਹਾਨੂੰ ਅਕਾਲੀਆਂ ਨੂੰ ਵੋਟਾਂ ਪਾਉਣੀਆਂ ਅਸੀਂ ਤੁਹਾਡੀਆਂ ਅਤੇ ਤੁਸੀਂ ਉਹਨਾਂ ਨੂੰ ਵੋਟਾਂ ਪਾਓ ਅਤੇ ਫਿਰ ਨਹੀਂ ਅਸੀਂ ਤੁਹਾਨੂੰ ਕੁਹਾਂ ਦਿੰਦੇ ਜੀ ਅਸੀਂ ਤੁਹਾਨੂੰ ਜਾਨੋਂ ਮਾਰ ਦਾਂਗੇ। ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤੀਆਂ ਗਈਆਂ ਅਜਿਹੀਆਂ ਹਰਕਤਾਂ ਬਹੁਤ ਹੀ ਸ਼ਰਮਨਾਕ ਨੇ। ਚੋਣ ਕਮਿਸ਼ਨ ਤੇ ਪੁਲਿਸ ਵੱਲੋਂ ਵਰਤੀ ਜਾ ਰਹੀ ਇੰਨੀ ਸਖਤੀ ਦੇ ਬਾਵਜੂਦ ਵੀ ਇਹ ਘਟਨਾਵਾਂ ਬੇਰੋਕ ਜਾਰੀ ਨੇ ਤਾਂ ਜ਼ਖਮੀ ਹੋਏ ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਇਸ ਹਾਲ 'ਚ ਹੋਣ ਦੇ ਬਾਵਜੂਦ ਵੀ ਉਹ ਵੋਟ ਪਾਉਣ ਜਾਣਗੇ ਅਤੇ ਸੂਬੇ 'ਚ ਤਬਦੀਲੀ ਲਿਆਉਣਗੇ।